ਇਸ ਵਕਤ ਅਸੀਂ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਮੌਜੂਦ ਹਾਂ। ਤੁਸੀਂ ਦੇਖ ਸਕਦੇ ਹੋ ਜਿਹੜੀਆਂ ਰੌਣਕਾਂ ਨੇ ਕਿਸ ਤਰ੍ਹਾਂ ਜਿਹੜੀਆਂ ਲੱਗੀਆਂ ਹੋਈਆਂ ਨੇ। ਨੌਜਵਾਨ ਨੇ ਜੋ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਨੇ ਜਾਂ ਪਿੰਡ ਵਾਸੀ ਨੇ ਉਹ ਵੱਡੀ ਤਾਦਾਦ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਮੌਜੂਦ ਨੇ ਤਾਂ ਭੰਗੜੇ ਪਾਏ ਜਾ ਰਹੇ ਨੇ, ਜਿਹੜੀ ਖੁਸ਼ੀ ਮਨਾਈ ਜਾ ਰਹੀ ਆ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀਆਂ ਲਾਈਟਿੰਗ ਕੀਤੀ ਗਈ ਹੈ, ਤਾਂ ਜਿਹੜੇ ਪਟਾਕੇ ਚਲਾਏ ਜਾ ਰਹੇ ਨੇ, ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ। ਇਸ ਵਕਤ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਦੀਵਾਲੀ ਵਰਗਾ ਜਿਹੜਾ ਮਾਹੌਲ ਹੈ ਉਹ ਨਜ਼ਰ ਆ ਰਿਹਾ, ਕਿਉਂਕਿ ਸਿੱਧੂ ਮੂਸੇਵਾਲਾ ਦੇ ਜਦੋਂ ਹੀ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਹੈ, ਤਾਂ ਉਸ ਤੋਂ ਬਾਅਦ ਲਗਾਤਾਰ ਮੂਸੇਵਾਲਾ ਦੇ ਪ੍ਰਸ਼ੰਸਕ ਸਿੱਧੂ ਦੀ ਹਵੇਲੀ ਆ ਰਹੇ ਸੀ। ਤਾਂ ਇਸ ਵੇਲੇ ਵੀ ਜੋ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ, ਜਿਹੜਾ ਨਜ਼ਾਰਾ ਹੈਗਾ ਤੁਸੀਂ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਦੇਖ ਸਕਦੇ ਹੋ। ਭੰਗੜੇ ਪਾਏ ਜਾ ਰਹੇ ਨੇ, ਖੁਸ਼ੀ ਮਨਾਈ ਜਾ ਰਹੀ ਹੈ, ਤਾਂ ਵੱਡੀ ਤਾਦਾਦ ਦੇ ਵਿੱਚ ਇਸ ਵੇਲੇ ਸਿੱਧੂ ਮੂਸੇਵਾਲਾ ਦੇ ਤਾਇਆ ਬਲਕੌਰ ਸਿੰਘ ਵੀ ਇੱਥੇ ਪਹੁੰਚੇ, ਲੋਕਾਂ ਦਾ ਜਿਹੜਾ ਉਹ ਧੰਨਵਾਦ ਕਰ ਰਹੇ ਨੇ। ਤਾਂ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਾਂ ਕਿਸ ਤਰ੍ਹਾਂ ਜਿਹੜਾ ਇੱਥੇ ਭੰਗੜੇ ਪਾਏ ਜਾ ਰਹੇ ਨੇ, ਕਿਉਂਕਿ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਇਸ ਦੁਨੀਆ 'ਤੇ ਆਉਣ ਦੀ ਖੁਸ਼ੀ ਹੈ ਜਿਹੜੀ ਕਿੰਨੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਦੇ ਵਿੱਚ ਪਾਈ ਜਾ ਰਹੀ ਹੈ। ਸਾਡੇ ਨਾਲ ਕੁਛ ਜਿਹੜੀਆਂ ਇੱਥੇ ਔਰਤਾਂ ਨੇ ਉਹ ਵੀ ਮੌਜੂਦ ਨੇ। ਮਾਤਾ ਕੀ ਕਹੋਗੇ ਅੱਜ ਮੂਸੇਵਾਲਾ ਦੇ ਘਰ ਜਨਮ ਲਿਆ ਗਿਆ ਛੋਟੇ ਸਿੱਧੂ? ਹਾਂਜੀ, ਬਹੁਤ ਬਹੁਤ ਧੰਨਵਾਦ ਆ, ਸਾਨੂੰ ਬਹੁਤ ਬਹੁਤ ਖੁਸ਼ੀਆਂ, ਬਹੁਤ ਸਾਰੇ ਪਰਿਵਾਰ ਨੂੰ ਤੇ ਸਾਰੇ ਦੇਸ਼ ਨੂੰ ਖੁਸ਼ੀਆਂ ਹੋ ਗਈਆਂ। ਬਹੁਤ ਸਾਰੇ ਪਿੰਡ ਬੱਚੇ ਨੂੰ ਚਾਹ ਚੜ ਗਿਆ ਅੱਜ। ਤਾਂ ਹੋਰ ਵੀ ਜਿਹੜੇ ਇੱਥੇ ਨੌਜਵਾਨ ਮੌਜੂਦ ਨੇ ਕੀ ਕਹੋਗੇ ਤੁਸੀਂ ਅੱਜ ਇੱਥੇ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਪਹੁੰਚੇ ਹੋਏ ਹੋ, ਭੰਗੜੇ ਪੈ ਰਹੇ ਨੇ, ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ? ਬਹੁਤ ਖੁਸ਼ੀ ਹੈ ਸਾਨੂੰ, ਬਹੁਤ ਖੁਸ਼ੀ। ਕੀ ਕਹੋਗੇ ਅੱਜ ਫਿਰ ਜਿਹੜਾ ਇਸ ਹਵੇਲੀ ਦੇ ਵਿੱਚ ਰੌਣਕਾਂ ਪਰਤ ਆਈਆਂ ਨੇ 2 ਸਾਲ ਫਿਰ ਤੋਂ ਸਿੱਧੂ ਮੂਸੇਵਾਲਾ ਗਏ? ਹਾਂਜੀ, ਤੁਸੀਂ ਕੀ ਕਹੋਗੇ? ਸਤਿ ਸ਼੍ਰੀ ਅਕਾਲ ਬਾਈ, ਵਧਾਈਆਂ ਬਾਈ ਸਾਨੂੰ। ਸਾਡਾ ਦਿਲ ਬਹੁਤ ਦੁਖੀ ਸੀ ਬਾਈ, ਸਿੱਧੂ ਇਸ ਦੁਨੀਆ ਤੋਂ ਚਲੇ ਗਏ ਸੀਗੇ, ਹੁਣ ਅੱਜ ਸਾਨੂੰ ਬਹੁਤ ਖੁਸ਼ੀ ਇਸ ਗੱਲ ਦੀ ਬਾਈ, ਸਾਡਾ ਸਿੱਧੂ ਵਾਪਸ ਆ ਗਿਆ। ਹਾਂ, ਇਸ ਤੋਂ ਵੱਧ ਕੇ ਸਾਨੂੰ ਕੋਈ ਖੁਸ਼ੀ ਨਹੀਂ ਹੈਗਾ ਜਿੰਨੀ ਸਾਨੂੰ ਖੁਸ਼ੀ ਅੱਜ ਆ ਬਾਈ, ਤਾਂ ਕਿ ਸਾਡਾ ਸਿੱਧੂ ਵਾਪਸ ਆ ਗਿਆ ਜੀ, ਪਰਮਾਤਮਾ ਸਭ ਦੀ ਸੁਣੀ। ਤਾਂ ਬਿਲਕੁਲ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ ਕੋਲ ਅੱਜ ਬੇਟਾ ਹੋਇਆ ਹੈਗਾ। ਜਿਵੇਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਪੋਸਟ ਸਾਂਝੀ ਕੀਤੀ ਗਈ ਸੀ ਤਾਂ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਸੀ ਜਾਂ ਪਿੰਡ ਵਾਸੀ ਸੀ, ਰਿਸ਼ਤੇਦਾਰ ਸੀ, ਤਾਂ ਵੱਡੀ ਤਾਦਾਦ ਦੇ ਵਿੱਚ ਮੂਸਾ ਹਵੇਲੀ ਵਿਖੇ ਪਹੁੰਚੇ ਨੇ। ਤਾਂ ਰੌਣਕਾਂ ਨੇ ਜਿਹੜੀਆਂ ਉਹ ਲਗਾਤਾਰ ਹਵੇਲੀ ਦੇ ਬਾਹਰ ਜਾਰੀ ਮੌਜੂਦ ਨੇ। ਤਾਂ ਲੋਕ ਨੇ ਜਿਹੜੇ ਭੰਗੜੇ ਪਾ ਰਹੇ ਨੇ, ਖੁਸ਼ੀ ਮਨਾ ਰਹੇ ਨੇ, ਤਾਂ ਸਿੱਧੂ ਮੂਸੇਵਾਲਾ ਦੇ ਜਿਹੜੇ ਗੀਤ ਨੇ ਉਹ ਵੀ ਲਗਾ ਕੇ ਜਿਹੜੇ ਭੰਗੜੇ ਪਾਏ ਜਾ ਰਹੇ ਨੇ। ਕੁਲਦੀਪ ਧਾਲੀਵਾਲ, ਜੀ ਮੀਡੀਆ, ਮੂਸਾ, ਮਾਨਸਾ।